ਪੂਰਾ ਮਾਮਲਾ ਜੀ? ਮਾਨਯੋਗ ਸੀ ਪੀ ਸਾਹਿਬ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਗਈ ਆਪਣੇ ਗੈਂਗਸਟਰ ਸਨੈਚਰਸ ਅਤੇ ਜਿਹੜੀਆਂ ਥੈਫਟ ਦੇ ਰਿਗਾਰਡਿੰਗ, ਉਹਦੇ ਲੜੀ ਵਿੱਚ ਇੱਕ ਆਪਣੇ ਅਹਿਮ ਕਾਮਯਾਬੀ ਮਿਲੀ ਆ ਐਸ ਐਚ ਓ ਸਦਰ ਅਤੇ ਉਹਨਾਂ ਦੇ ਆਪਣੇ ਚੌਂਕ ਇੰਚਾਰਜ ਜਲੰਧਰ ਹਾਈਟ ਵੱਲੋਂ। 196/24 ਐਫ ਆਈ ਆਰ ਦਰਜ ਕੀਤੀ ਗਈ ਸੀ। ਇਸੇ ਕੜੀ ਨੂੰ ਜੋੜਦੇ ਹੋਏ ਤਿੰਨ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਵੱਲੋਂ ਸਨੈਚਿੰਗ ਦੀ ਆਪਣੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਦੋ ਜੁਵੇਨਾਇਲ ਆ ਅਤੇ ਇੱਕ ਇਹਨਾਂ 'ਚੋਂ ਆਪਣੇ ਅਡਲਟ ਸੀ, ਅਲੀਪੁਰ ਦੇ ਰਹਿਣ ਵਾਲੇ ਸੀਗੇ। ਅਤੇ ਇਹਨਾਂ ਕੋਲੋਂ ਜਿਹੜੇ ਆਪਣੇ ਡਿਊਰਿੰਗ ਇੰਟੈਰੋਗੇਸ਼ਨ ਆਪਣੇ 2 ਮੋਟਰਸਾਈਕਲ ਅਤੇ 5 ਮੋਬਾਈਲ ਫੋਨ ਰਿਕਵਰ ਹੋਏ ਆ, ਅਤੇ ਅਲੋਂਗ ਵਿਦ ਦੈਟ ਜਿਹੜੇ ਉੱਥੇ ਵੈਪਨ ਜਿਹੜੇ ਉਹਨਾਂ ਨੇ ਖੰਡਾ ਅਤੇ ਆਪਣੇ ਇੱਕ ਕਿਰਪਾਨ ਉਹ ਰਿਕਵਰ ਹੋਈ ਹੈ। ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ? ਐਜ਼ ਆਫ ਨਾਓ ਜਿਹੜੀ ਹਜੇ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗਰਾਊਂਡ ਨਹੀਂ ਹੈ ਅਜੇ, ਅਤੇ ਬਾਕੀ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਕੋਈ ਹੋਰ ਵਾਰਦਾਤਾਂ ਦੇ ਰਿਗਾਰਡਿੰਗ ਉਹ ਵੀ ਅਸੀਂ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।